ਜਦੋਂ ਸੱਚ ਦਾ ਪ੍ਰਚਾਰ ਕਰਕੇ ਵਾਪਸ ਆਏ, ਭੇਖ ਉਤਾਰ ਦਿੱਤਾ, ਦੁਨਿਆਵੀ ਕੱਪੜੇ ਪਾ ਲਏ। ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਕਲ ਉਤਾਰਾ, ਪਹਿਰ ਸੰਸਾਰੀ ਕੱਪੜੇ, ਮੰਜੀ ਬੈਠ ਕੀ ਆ ਉਤਾਰਾ। ਫਿਰ ਭੇਖ ਲਾ ਦਿੱਤਾ। ਕਹਿਣ ਲੱਗੇ ਸੁਲੱਖਣੀ ਭੇਖ ਧਾਰਨਾ ਪੈ ਗਿਆ, ਮਜਬੂਰੀ ਹੈ ਭੇਖੀਆਂ ਨੂੰ ਭੇਖ ਚੋਂ ਬਾਹਰ ਕੱਢਣ ਵਾਸਤੇ, ਅੱਜ ਮੈਨੂੰ ਵੀ ਭੇਖ ਧਾਰਨਾ ਪੈ ਗਿਆ। ਤੇ ਸੁਲੱਖਣੀ ਜੀ ਨੇ ਦੋਨੋਂ ਬੱਚੇ ਅੱਗੇ ਕਰ ਦਿੱਤੇ, ਆ ਤੁਹਾਡੇ ਦੋ ਪੁੱਤਰ। ਕਈ ਵਾਰੀ ਬੱਚੇ ਖੇਡਦੇ ਨੇ, ਖੇਡਦਿਆਂ ਕਈ ਵਾਰ ਲੜ ਵੀ ਪੈਂਦੇ ਨੇ, ਰੋਂਦੇ ਘਰ ਆਉਂਦੇ ਨੇ ਤੇ ਪਿਤਾ ਦੀ ਗੋਦ ਚ ਬੈਠ ਕੇ ਆਖਦੇ ਨੇ ਫਲਾਣੇ ਬੱਚੇ ਨੇ ਮਾਰਿਆ, ਤੇ ਪਿਤਾ ਆਖਦਾ ਕੋਈ ਨੀ ਘਬਰਾ ਨਾ, ਉਹਨੂੰ ਦੇਖ ਲਾਂਗੇ, ਹੋ ਸਕਦਾ ਕੱਲ ਨੂੰ ਇਹ ਵੀ ਰੋਂਦੇ ਘਰ ਆਣ। ਇਹ ਕਿਹਦੀ ਗੋਦ ਚ ਬਹਿ ਕੇ ਕਹਿਣਗੇ ਸਾਨੂੰ ਫਲਾਣੇ ਨੇ ਮਾਰਿਆ, ਇਹਨਾਂ ਨੂੰ ਪਿਤਾ ਦਾ ਪਿਆਰ ਕਿਹਨੇ ਦੇਣੇ। ਗੁਰੂ ਨਾਨਕ ਸਾਹਿਬ ਆਖਦੇ ਨੇ ਸੁਲੱਖਣੀ, ਮਾਂ ਬਣ ਕੇ ਮਮਤਾ ਵੀ ਤੂੰ ਦੇ, ਪਿਤਾ ਬਣ ਕੇ ਪਿਆਰ ਵੀ ਇਹਨਾਂ ਨੂੰ ਤੂੰ ਦੇ। ਤੂੰ ਇਹਨਾਂ ਦੋ ਬੱਚਿਆਂ ਦੀ ਸੰਭਾਲ ਕਰ, ਰੱਬ ਵੱਲੋਂ ਮੈਨੂੰ ਹੁਕਮ ਹੋਇਆ ਮੈਂ ਸਾਰੀ ਕਾਇਨਾਤ ਦੀ ਸੰਭਾਲ ਕਰ ਸਕਾਂ, ਤੂੰ ਦੋ ਬੱਚਿਆਂ ਦੀ ਸੰਭਾਲ ਕਰ ਲੈ, ਮੈਂ ਦੁਨੀਆ ਦੇ ਰੱਬ ਦੇ ਸਾਰਿਆਂ ਬੱਚਿਆਂ ਨੂੰ ਸੰਭਾਲ ਲਵਾਂਗਾ, ਮੈਨੂੰ ਤੇਰੇ ਸਹਿਯੋਗ ਦੀ ਲੋੜ ਹੈ। ਮਾਂ ਸੁਲੱਖਣੀ ਨੇ ਹੱਥ ਜੋੜੇ ਸੱਤ ਬਚਨ, ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਜਦੋਂ ਧਰਤ ਲੁਕਾਈ ਨੂੰ ਸੋਧਣ ਤੁਰੇ, ਉਦੋਂ ਕੀ ਕੀਤਾ? ਗੁਰੂ ਨਾਨਕ ਸਾਹਿਬ ਜੀ ਨੇ ਦੋ ਕੰਮ ਕੀਤੇ, ਦੋ ਕੰਮ। ਪਹਿਲਾ ਕੰਮ, ਸੱਚ ਦੀ ਗੱਲ ਦੁਨੀਆਂ ਨੂੰ ਦੱਸਣ ਵਾਸਤੇ ਅੱਜ ਸਾਨੂੰ ਦੁਨੀਆਂ ਇਕੱਠੀ ਕਰਨੀ ਪੈਂਦੀ ਹੈ, ਕੋਈ ਸਮਾਗਮ ਕੋਈ ਪ੍ਰੋਗਰਾਮ ਰੱਖਣਾ ਪੈਂਦਾ, ਇਸ਼ਤਿਹਾਰ ਵੰਡਣੇ ਪੈਂਦੇ ਨੇ, ਅਨਾਊਂਸਮੈਂਟ ਕਰਨੀ ਪੈਂਦੀ ਹੈ, ਲੋਕੋ ਇਕੱਠੇ ਹੋ ਤੁਹਾਨੂੰ ਅਸੀਂ ਗੱਲ ਸੁਣਾਈਏ। ਉਹ ਜ਼ਮਾਨਾ ਮੀਡੀਆ ਦਾ ਨਹੀਂ ਹੈ। ਗੁਰੂ ਨਾਨਕ ਸਾਹਿਬ ਨੇ ਕੀ ਕੀਤਾ? ਪਹਿਲਾ ਕੰਮ ਇਹ ਕੀਤਾ, ਜਿੱਥੇ ਲੋਕ ਇਕੱਠੇ ਹੋਏ ਨੇ ਸਤਿਗੁਰੂ ਆਪ ਉੱਥੇ ਚਲੇ ਗਏ, ਆਪਣੀ ਗੱਲ ਸੁਣਾਉਣ ਲਈ ਲੋਕ ਇਕੱਠੇ ਨਹੀਂ ਕਰਨੇ ਪਏ। ਹਰਿਦੁਆਰ ਜੇ ਸ਼ਰਾਧਾਂ ਦਾ ਮੇਲਾ ਲੱਗਿਆ, ਲੱਖਾਂ ਲੋਕ ਆਏ ਨੇ, ਸਤਿਗੁਰੂ ਆਪ ਉੱਥੇ ਹਾਜ਼ਰ ਹੋ ਗਏ। ਕੁਰੂਕਸ਼ੇਤਰ ਸੂਰਜ ਗ੍ਰਹਿਣ ਦਾ ਮੇਲਾ ਲੱਗਿਆ, ਲੱਖਾਂ ਲੋਕ ਆਏ ਨੇ, ਸਤਿਗੁਰੂ ਆਪ ਉੱਥੇ ਹਾਜ਼ਰ ਹੋ ਗਏ। ਜਗਨਨਾਥਪੁਰੀ ਰੱਥ ਯਾਤਰਾ ਵਾਸਤੇ ਲੱਖਾਂ ਲੋਕ ਆਏ ਨੇ, ਸਤਿਗੁਰੂ ਆਪ ਉੱਥੇ ਚਲੇ ਗਏ। ਮੱਕੇ ਦੀ ਧਰਤੀ ਮੁਸਲਮਾਨ ਵੀਰ ਜ਼ਿਆਰਤ ਕਰਨ ਵਾਸਤੇ ਇਕੱਠੇ ਹੋਏ, ਸਤਿਗੁਰੂ ਆਪ ਉੱਥੇ ਹਾਜ਼ਰ ਹੋ ਗਏ। ਅਚਲ ਬਟਾਲੇ ਸ਼ਿਵਰਾਤਰੀ ਦਾ ਮੇਲਾ ਲੱਗਿਆ, ਸਤਿਗੁਰੂ ਆਪ ਉੱਥੇ ਹਾਜ਼ਰ ਹੋ ਗਏ। ਗੱਲ ਕੀ? ਜਿੱਥੇ ਵੀ ਇਕੱਠ ਹੋਇਆ, ਸਤਿਗੁਰੂ ਨੂੰ ਲੋਕ ਇਕੱਠੇ ਨਹੀਂ ਕਰਨੇ ਪਏ, ਜਿਸ ਮੇਲੇ ਤਿਉਹਾਰ ਤੇ ਲੋਕ ਇਕੱਠੇ ਹੋਏ, ਸਤਿਗੁਰੂ ਆਪ ਉੱਥੇ ਚਲੇ ਗਏ। ਇਹ ਪਹਿਲਾ ਕੰਮ ਕੀਤਾ। ਤੇ ਦੂਸਰਾ ਕੰਮ ਕਿਹੜਾ ਕੀਤਾ? ਅੱਜ ਵੀ ਲੱਖਾਂ ਇਕੱਠ ਹੁੰਦੇ ਨੇ, ਵੱਡੇ ਵੱਡੇ ਇਕੱਠ ਹੁੰਦੇ ਨੇ, ਅਸੀਂ ਵੀ ਉਹਨਾਂ ਇਕੱਠਾਂ ਚ ਹਾਜ਼ਰ ਹੋ ਸਕਦੇ ਹਾਂ, ਪਰ ਅਸੀਂ ਆਪਣੀ ਗੱਲ ਨਹੀਂ ਕਹਿ ਸਕਦੇ। ਗੁਰੂ ਨਾਨਕ ਸਾਹਿਬ ਲੱਖਾਂ ਦੇ ਇਕੱਠ ਵਿੱਚ ਗਏ, ਪਰ ਆਪਣੀ ਗੱਲ ਕਿਵੇਂ ਕਰਨ? ਦੂਜਾ ਕੰਮ ਇਹ ਕੀਤਾ, ਇੱਕ ਨਾਟਕੀ ਢੰਗ ਨਾਲ ਇੱਕ ਕੌਤਕ ਵਰਤਾ ਕੇ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਤੇ ਆਪਣੀ ਗੱਲ ਕਹਿ ਦਿੱਤੀ। ਇਹ ਦੋ ਕੰਮ ਕੀਤੇ। ਹਰਿਦੁਆਰ ਸਭ ਤੋਂ ਪਹਿਲਾਂ ਘਰੋਂ ਸ਼ੁਰੂਆਤ ਕੀਤੀ। ਜਦੋਂ ਜਨੇਊ ਦਾ ਖੰਡਨ ਕਰਨਾ, ਉਦੋਂ ਇੱਕ ਦਿਨ ਵੀ ਨਹੀਂ ਕਿਹਾ ਮਾਤਾ ਪਿਤਾ ਨੂੰ ਮੈਂ ਜਨੇਊ ਨਹੀਂ ਪਾਉਣਾ, ਸਮਾਗਮ ਨਾ ਰਚੋ। ਨਹੀਂ, ਬਿਲਕੁਲ ਨਹੀਂ ਕਿਹਾ, ਸਮਾਗਮ ਰਚਿਆ ਗਿਆ, ਰਿਸ਼ਤੇਦਾਰ ਮਿੱਤਰਾਂ ਨੂੰ ਸੁਨੇਹ ਭੇਜੇ ਗਏ, ਘਰ ਚੰਗਾ ਤਗੜਾ ਇਕੱਠ ਹੋਇਆ, ਦੇਗਚੇ ਭੰਡਾਰੇ ਤਿਆਰ ਹੋਏ, ਸੋਹਣੇ ਵਸਤਰ ਪਹਿਨੇ ਗਏ। ਜਦੋਂ ਐਨ ਤਕੜਾ ਇਕੱਠ ਹੋ ਗਿਆ, ਗੁਰੂ ਨਾਨਕ ਸਾਹਿਬ ਨੇ ਉੱਥੇ ਕਹਿ ਦਿੱਤਾ ਮੈਂ ਜਨੇਊ ਨਹੀਂ ਪਾਉਣਾ। ਰੋਕਿਆ ਇੱਕ ਦਿਨ ਵੀ ਨਹੀਂ ਕਿ ਸਮਾਗਮ ਨਾ ਕਰੋ, ਪਹਿਲਾਂ ਕਹਿ ਸਕਦੇ ਸੀ ਨਹੀਂ ਇਕੱਠ ਤੇ ਹੋ ਜਾਏ ਤਾਂ ਕਿ ਮੈਂ ਆਪਣੀ ਗੱਲ ਕਹਿ ਸਕਾਂ। ਇੱਥੋਂ ਸ਼ੁਰੂਆਤ ਹੋਈ। ਹਰਿਦੁਆਰ ਦੇ ਵਿੱਚ ਲੱਖਾਂ ਲੋਕ ਇਕੱਠੇ ਹੋਏ, ਗੁਰੂ ਨਾਨਕ ਸਾਹਿਬ ਆਪ ਹਾਜ਼ਰ ਹੋ ਗਏ। ਹੁਣ ਦੁਨੀਆ ਦਾ ਧਿਆਨ ਕਿਵੇਂ ਆਪਣੇ ਵੱਲ ਖਿੱਚਣ? ਸਤਿਗੁਰਾਂ ਨੇ ਇੱਕ ਕੌਤਕ ਵਰਤਾਇਆ, ਨਾਟਕੀ ਤਰੀਕੇ ਦੇ ਨਾਲ ਲੋਕ ਪੂਰਬ ਨੂੰ ਪਾਣੀ ਦਿੰਦੇ ਨੇ, ਸਤਿਗੁਰੂ ਪੱਛਮ ਨੂੰ ਦੇਣ ਲੱਗ ਪਏ। ਲੋਕ ਚੜ੍ਹਦੇ ਸੂਰਜ ਨੂੰ ਸਲਾਮਾਂ ਕਰਦੇ ਨੇ, ਬਾਬੇ ਨੇ ਚੜ੍ਹਦੇ ਨੂੰ ਨਹੀਂ ਲਹਿੰਦੇ ਨੂੰ ਸਲਾਮ ਕੀਤੀ। ਪਾਣੀ ਵੀ ਚੜ੍ਹਦੇ ਨੂੰ ਨਹੀਂ ਲਹਿੰਦੇ ਨੂੰ ਦਿੱਤਾ। ਤੇ ਜਿਸ ਦਿਨ ਘਰੋਂ ਤੁਰੇ, ਉਹਨੂੰ ਨਾਲ ਲੈ ਕੇ ਤੁਰੇ, ਜਿਹਨੂੰ ਲੋਕ ਡੂਮ ਆਖਦੇ ਨੇ, ਸਤਿਗੁਰੂ ਨੇ ਕਹਿ ਦਿੱਤਾ ਨਹੀਂ ਮੇਰਾ ਭਾਈ ਹੈ। ਸਭ ਤੋਂ ਪਹਿਲਾਂ ਉਹਦੇ ਘਰ ਚਰਨ ਜਾ ਪਾਏ ਜਿਹਨੂੰ ਲੋਕ ਆਖਦੇ ਨੇ ਜੀ ਕਿਰਤੀ ਹੈ। ਸਤਿਗੁਰੂ ਕਹਿਣ ਲੱਗੇ ਕਿਰਤੀ ਨਹੀਂ ਮੇਰਾ ਭਾਈ ਲਾ ਲਓ, ਇਹ ਮੇਰਾ ਭਾਈ ਹੈ। ਕਿਉਂ? ਗੁਰੂ ਨਾਨਕ ਦੀ ਸਾਂਝ ਲਹਿੰਦੇ ਨਾਲ ਹੈ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ,
ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਉਂ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ, ਮੇਰੀ ਸਾਂਝ ਇਹਨਾਂ ਨਾਲ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਲਹਿੰਦੇ ਨੂੰ ਪਾਣੀ ਦਿੱਤਾ, ਦੋ ਚਾਰ ਨੇੜੇ ਆਏ, ਬਾਬਾ ਕੀ ਕਰ ਰਹੇ ਹੈ? ਸਤਿਗੁਰੂ ਪਾਤਸ਼ਾਹ ਨੇ ਜਵਾਬ ਨਹੀਂ ਦਿੱਤਾ, ਤੇਜ਼ੀ ਨਾਲ ਪਾਣੀ ਦੇ ਗਏ, ਚਾਰ ਪੰਜ ਹੋਰ ਨੇੜੇ ਆ ਗਏ, ਬਾਬਾ ਲੱਗਦਾ ਸੁੱਤਾ ਉੱਠ ਕੇ ਆ ਗਿਆ, ਦਿਸ਼ਾ ਦਾ ਨਹੀਂ ਪਤਾ। ਪੰਜ ਸੱਤ ਜਣੇ ਹੋਰ ਇਕੱਠੇ ਹੋ ਕੇ ਆ ਗਏ, ਆਲੇ ਦੁਆਲੇ ਇਕੱਠੇ ਹੋਣ ਲੱਗ ਪਏ ਲੋਕ, ਇਹ ਬਾਬਾ ਕੀ ਗੱਲ, ਨੀਂਦ ਵਿੱਚ ਤੇ ਨਹੀਂ, ਇਸ਼ਨਾਨ ਕਰਕੇ ਆਏ, ਭੁਲੇਖੇ ਨਾਲ ਤੇ ਨਹੀਂ ਇੱਧਰ ਪਾਣੀ ਦੇ ਰਿਹਾ, ਗੱਲ ਕੀ? ਚੰਗਾ ਤਕੜਾ ਇਕੱਠ ਹੋ ਗਿਆ, ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ, ਫਿਰ ਪਾਣੀ ਦੇ ਹੀ ਗਏ। ਆਖਰ ਕਿਸੇ ਬਾਂਹ ਫੜ ਕੇ ਰੋਕ ਕੇ ਪੁੱਛ ਹੀ ਲਿਆ, ਬਾਬਾ ਕਿੱਧਰ ਪਾਣੀ ਦੇ ਰਹੀ ਹੈ? ਸਤਿਗੁਰੂ ਪਾਤਸ਼ਾਹ ਆਖਦੇ ਨੇ, ਤੁਸੀਂ ਕਿੱਧਰ ਦੇ ਰਹੇ ਹੋ? ਕਹਿਣ ਲੱਗੇ, ਅਸੀਂ ਪਿੱਤਰ ਲੋਕ ਸੂਰਜ ਨੂੰ ਪਾਣੀ ਦੇ ਰਹੇ ਹਾਂ। ਸਤਿਗੁਰੂ ਕਹਿਣ ਲੱਗੇ, ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ। ਲੋਕ ਖਿੜ ਖੜਾ ਕੇ ਹੱਸੇ, ਕਹਿਣ ਲੱਗੇ, ਬਾਬਾ ਤੇਰਾ ਪਾਣੀ ਇੱਥੇ ਡੁੱਲ ਰਿਹਾ, ਖੇਤ ਕਿੰਨੀ ਦੂਰ ਨੇ? ਕਹਿਣ ਲੱਗੇ ਜੀ, 250-300 ਮੀਲ ਦੂਰ ਨੇ ਤਲਵੰਡੀ। ਲੋਕ ਹੱਸੇ, ਬਾਬਾ ਤੇਰਾ ਪਾਣੀ ਤੇ ਇੱਥੇ ਡੁੱਲ ਰਿਹਾ, 250-300 ਮੀਲ ਦੂਰ ਕਿਵੇਂ ਜਾਏਗਾ? ਹੁਣ ਸਤਿਗੁਰੂ ਦੇ ਹੱਸਣ ਦੀ ਵਾਰ ਸੀ, ਸਤਿਗੁਰੂ ਹੱਸੇ। ਲੋਕ ਆਖਦੇ, ਤੁਸੀਂ ਕਿਉਂ ਹੱਸੇ ਹੋ? ਸਤਿਗੁਰੂ ਕਹਿਣ ਲੱਗੇ, ਜੇ ਤੁਹਾਡਾ ਪਾਣੀ ਕਰੋੜਾਂ ਮੀਲ ਦੂਰ ਸੂਰਜ ਤੇ ਜਾ ਸਕਦਾ ਹੈ, ਮੇਰਾ 250-300 ਮੀਲ ਦੂਰ ਨਹੀਂ ਜਾ ਸਕਦਾ। ਲੋਕ ਸੋਚਣ ਤੇ ਮਜਬੂਰ ਹੋਏ, ਕਹਿਣ ਲੱਗੇ, ਬਾਬਾ ਅਸੀਂ ਹਜ਼ਾਰਾਂ ਸਾਲਾਂ ਤੋਂ ਇਹ ਕੰਮ ਕਰਦੇ ਆ ਰਹੇ ਹਾਂ, ਸਾਡੇ ਦਾਦੇ ਪੜਦਾਦੇ ਕੰਮ ਕਰਦੇ ਆਏ ਨੇ, ਕੀ ਇਹ ਗਲਤ ਹੈ ਇਹ ਪਾਣੀ ਦੇਣਾ? ਸਤਿਗੁਰੂ ਕਹਿਣ ਲੱਗੇ, ਜਿਹੜਾ ਕੰਮ ਹਜ਼ਾਰ ਸਾਲ ਤੋਂ ਹੋਵੇ, ਜੇ ਗਲਤ ਹੈ ਤੇ ਗਲਤ ਹੈ, ਜੇ ਠੀਕ ਹੈ ਭਾਵੇਂ ਅੱਜ ਤੋਂ ਹੀ ਸ਼ੁਰੂ ਹੋਵੇ ਉਹ ਠੀਕ ਹੈ। ਪੁੱਛਿਆ, ਪਾਣੀ ਦੇਣਾ ਗਲਤ ਕੰਮ ਹੈ? ਸਤਿਗੁਰੂ ਕਹਿਣ ਲੱਗੇ, ਪਾਣੀ ਦੇਣਾ ਗਲਤ ਨਹੀਂ ਹੈ, ਬਸ ਆਪਣੀ ਦਿਸ਼ਾ ਠੀਕ ਕਰ ਲਓ। ਪਾਣੀ ਦੇਣਾ ਬੜੇ ਸਵਾਬ ਦਾ ਕੰਮ ਹੈ, ਪੁੰਨ ਦਾ ਕੰਮ ਹੈ, ਪਰ ਤੁਹਾਡੀ ਦਿਸ਼ਾ ਗਲਤ ਹੈ। ਤੁਸੀਂ ਮੋਰਿਆਂ ਪਿੱਤਰਾਂ ਨੂੰ ਪਾਣੀ ਦਿੰਦੇ ਹੋ, ਘਰ ਜਿਉਂਦੇ ਪਿਆਸੇ ਤੜਫਦੇ ਨੇ, ਉਹਨਾਂ ਦੇ ਮੂੰਹ ਚ ਪਾ ਦਿਓ। ਸਿਰਫ ਆਪਣੀ ਦਿਸ਼ਾ ਠੀਕ ਕਰ ਲਓ। ਦਿਸ਼ਾ ਹੈ ਗਿਆਨ, ਸਫ਼ਰ ਹੈ ਸ਼ਰਧਾ। ਜੇ ਮੇਰਾ ਘਰ ਪੂਰਬ ਦੇ ਵਿੱਚ ਹੈ, ਮੈਂ ਸਵੇਰ ਤੋਂ ਤੁਰਨਾ ਸ਼ੁਰੂ ਕਰਦਿਆਂ ਪੱਛਮ ਵੱਲ ਸ਼ਾਮ ਤੱਕ ਤੁਰੀ ਜਾਵਾਂ, ਘਰ ਤੋਂ ਦੂਰ ਹੋ ਸਕਦਾ, ਘਰ ਵਿੱਚ ਨਹੀਂ ਪਹੁੰਚ ਸਕਦਾ। ਘਰੋਂ ਤੁਰਨ ਲੱਗਿਆਂ ਸਭ ਤੋਂ ਪਹਿਲਾਂ ਮੈਨੂੰ ਗਿਆਨ ਹੋਵੇ ਮੇਰਾ ਘਰ ਕਿਹੜੀ ਦਿਸ਼ਾ 'ਚ ਹੈ, ਤੇ ਇਹੀ ਨਾ ਹੋਵੇ ਮੈਨੂੰ ਗਿਆਨ ਤੇ ਹੋਵੇ ਮੇਰਾ ਘਰ ਪੂਰਬ ਦੇ ਵਿੱਚ ਹੈ, ਪਰ ਸ਼ਰਧਾ ਨਾਲ ਮੈਂ ਸਫ਼ਰ ਹੀ ਨਾ ਕਰਾਂ ਤਾਂ ਵੀ ਨਹੀਂ ਕਿਤੇ ਪਹੁੰਚ ਸਕਦਾ। ਸ਼ੁਰੂਆਤ ਗਿਆਨ ਤੋਂ ਹੈ, ਸਿੱਖ ਦਾ ਗੁਰੂ ਗਿਆਨ ਹੈ, ਜਿਹਨੂੰ ਸਤਿਗੁਰੂ ਪਾਤਸ਼ਾਹ ਨੇ ਕਹਿ ਦਿੱਤਾ, ਗਿਆਨ ਗੁਰੂ ਆਤਮ ਉਪਦੇਸ਼ੋ। ਕਹੋ ਕਬੀਰ, ਮੈਂ ਸੋ ਗੁਰ ਪਾਇਆ, ਜਾ ਕਾ ਨਾਉ ਵਿਵੇਕੋ। ਕਬੀਰ, ਜਹਾਂ ਗਿਆਨ ਤਹਿ ਧਰਮ ਹੈ, ਜਿੱਥੇ ਗਿਆਨ ਹੈ ਧਰਮ ਉੱਥੇ ਸ਼ੁਰੂ ਹੁੰਦਾ ਹੈ। ਗਿਆਨ ਹੈ ਦਿਸ਼ਾ, ਸ਼ਰਧਾ ਹੈ ਸਫ਼ਰ। ਗੁਰੂ ਦੇ ਗਿਆਨ ਮੁਤਾਬਕ ਤੁਰੀ, ਸ਼ਰਧਾ ਗੁਰੂ ਦੇ ਗਿਆਨ ਤੇ ਰੱਖੀ, ਤਾਂ ਆਪਣੀ ਮੰਜ਼ਿਲ ਤੇ ਪਹੁੰਚੇਗਾ। ਸਤਿਗੁਰੂ ਕਹਿਣ ਲੱਗੇ, ਪਾਣੀ ਪਿਲਾਉਣਾ ਪੁੰਨ ਦਾ ਕੰਮ ਹੈ, ਪਰ ਤੁਹਾਡੀ ਦਿਸ਼ਾ ਗਲਤ ਹੈ। ਘਰ ਜਿਉਂਦੇ ਬਜ਼ੁਰਗ ਤੜਫਦੇ ਨੇ, ਉਹਨਾਂ ਨੂੰ ਕਦੀ ਪਾਣੀ ਨਹੀਂ ਪਿਲਾਇਆ, ਕਦੀ ਭੋਜਨ ਨਹੀਂ ਛਕਾਇਆ, ਕਦੀ ਮੰਜਾ ਬਿਸਤਰਾ ਨਹੀਂ ਦਿੱਤਾ, ਬਾਹਰ ਮਰਿਆਂ ਨੂੰ ਦਾਨ ਕਰਦੇ ਫਿਰਦੇ ਹੋ, ਬ੍ਰਾਹਮਣ ਤੁਹਾਨੂੰ ਲੁੱਟਦਾ ਫਿਰਦਾ, ਤੁਹਾਨੂੰ ਇੰਨੀ ਵੀ ਸਮਝ ਨਹੀਂ ਆ ਰਹੀ? ਜੀਵਤ ਪਿੱਤਰ ਨਾ ਮਾਨੇ ਕਹੂ, ਮੂਏ ਸਰਾਧ ਕਰਾਹੀ, ਪਿੱਤਰ ਵੀ ਵਪਰੇ ਕਹੋ ਕਿਉਂ ਪਾਵੇ, ਕਹੂਆ ਕੁੱਕਰ ਖਾਹੀ। ਜੇ ਕੁਰੂਕਸ਼ੇਤਰ ਗਏ, ਸੂਰਜ ਗ੍ਰਹਿਣ ਦਾ ਮੇਲਾ, ਲੱਖਾਂ ਦਾ ਇਕੱਠ, ਕਿਵੇਂ ਧਿਆਨ ਖਿੱਚਿਆ ਜਾਏ? ਹੁਣ ਗ੍ਰਹਿਣ ਦੇ ਮੌਕੇ ਅੱਗ ਬਾਲਣੀ ਮੰਨੇ, ਰੋਟੀ ਖਾਣੀ ਮੰਨੇ, ਵਰਤ ਰੱਖੇ ਜਾਂਦੇ ਨੇ। ਸਤਿਗੁਰੂ ਨੇ ਦੁਨੀਆਂ ਦਾ ਧਿਆਨ ਖਿੱਚਣ ਵਾਸਤੇ ਖੂਬ ਅੱਗ ਬਾਲੀ, ਧੂੰਆਂ ਕੀਤਾ, ਗੁਰੂ ਨਾਨਕ ਦਾ ਲੰਗਰ ਸ਼ੁਰੂ ਹੋਇਆ ਉੱਥੇ। ਗੱਲ ਕੀ, ਲੋਕ ਇਕੱਠੇ ਹੋਏ, ਸਤਿਗੁਰੂ ਨੇ ਉਹਨਾਂ ਨੂੰ ਫਿਰ ਸਮਝਾਇਆ, ਕਹਿਣ ਲੱਗੇ, ਭੁੱਖੇ ਰਿਹਾ ਰੱਬ ਨਹੀਂ ਮਿਲਦਾ, ਅੱਜ ਅੰਨ ਨੂੰ ਠੋਕਰ ਮਾਰ ਦਿਓ, ਕੱਲ੍ਹ ਅੰਨ ਤੁਹਾਨੂੰ ਠੋਕਰ ਮਾਰ ਜਾਏ। ਨਹੀਂ, ਥੋੜਾ ਸਮੇਂ ਥੋੜਾ ਹੀ ਖਾਵੇ, ਘੱਟ ਖਾਓ, ਘੱਟ ਸੋਵੋ, ਇਹ ਨਹੀਂ ਵੀ ਬਿਲਕੁਲ ਹੀ ਭੁੱਖੇ ਰਹਿ ਜਾਓ। ਜੇ ਪੇਟ ਭੁੱਖਾ ਹੋਵੇ ਤੇ ਰੱਬ ਵਿੱਚ ਵੀ ਧਿਆਨ ਨਹੀਂ ਜੁੜਿਆ ਕਰਦਾ। ਸਤਿਗੁਰੂ ਨੇ ਵਰਤਾਂ ਤੋਂ ਵਰਜਿਆ, ਜਗਨਨਾਥਪੁਰੀ ਲੱਖਾਂ ਦਾ ਇਕੱਠ ਹੈ, ਲੋਕ ਆਰਤੀ ਉਤਾਰਨ ਵਾਸਤੇ ਖੜੇ ਹੋਏ ਨੇ। ਸਤਿਗੁਰੂ ਨੇ ਦੁਨੀਆਂ ਦਾ ਧਿਆਨ ਖਿੱਚਣ ਵਾਸਤੇ ਸਭ ਤੋਂ ਅੱਗੇ ਬੈਠ ਕੇ ਜ਼ਮੀਨ ਤੇ ਬੈਠੇ ਰਹੇ, ਮੁਸਕਰਾਉਂਦੇ ਰਹੇ, ਲੋਕ ਖੜੇ ਹੋ ਕੇ ਆਰਤੀ ਉਤਾਰਦੇ ਰਹੇ। ਸੁਭਾਵਕ ਆਰਤੀ ਖਤਮ ਹੋਈ, ਲੋਕਾਂ ਦਾ ਧਿਆਨ ਗਿਆ, ਲੋਕ ਇਕੱਠੇ ਹੋ ਗਏ, ਬਾਬਾ ਤੁਸੀਂ ਨਹੀਂ ਆਰਤੀ ਉਤਾਰੀ? ਕਹਿਣ ਲੱਗੇ, ਮੈਂ ਕੌਣ ਆ ਰੱਬ ਦੀ ਆਰਤੀ ਉਤਾਰਨ ਵਾਲਾ, ਪੂਰੀ ਕਾਇਨਾਤ ਉਹਦੀ ਆਰਤੀ ਉਤਾਰ ਰਹੀ ਹੈ, ਇਸ ਛੋਟੀ ਜਿਹੀ ਆਰਤੀ ਨਾਲ ਕੀ ਬਣਨਾ? ਅਸਮਾਨ ਜਿੰਨਾ ਥਾਲ ਹੋਵੇ, ਸੂਰਜ ਚੰਦਰਮਾ ਵਰਗੇ ਦੀਵੇ ਆਉਣ, ਬਨਸਪਤੀ ਸੁਗੰਧ ਛੱਡਦੇ ਹੋਏ ਫੁੱਲ ਉਹਦੇ ਦਰ ਤੇ ਚੜੇ ਹੋਏ ਹੋਣ, ਘੱਟੋ ਘੱਟ ਇੰਨੀ ਵੱਡੀ ਤੇ ਆਰਤੀ ਹੋਵੇ ਨਾ, ਜੇ ਰੱਬ ਵੱਡਾ ਹੈ।
ਤੁਹਾਡਾ ਜਗਨਨਾਥ ਚਾਰ ਦੀਵਾਰੀ ਚ ਕਹਿਦਾ ਹੈ, ਮੇਰਾ ਜਗਨਨਾਥ ਪੂਰੇ ਜਗਤ ਚ ਫੈਲਿਆ ਹੋਇਆ ਹੈ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਗਗਨ ਮੈਂ ਥਾਲ ਰਵ ਚੰਨ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਵਰੋ ਕਰੇ, ਸਗਲ ਬਨਰਾਏ ਫਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਬਜੰਤ ਭੇਰੀ। ਜੇ ਸਤਿਗੁਰੂ ਮੱਕੇ ਦੀ ਧਰਤੀ ਗਏ, ਇਕੱਠ ਉੱਥੇ ਲੱਖਾਂ ਦਾ ਧਿਆਨ ਕਿਵੇਂ ਖਿੱਚਣ, ਕਾਬੇ ਵੱਲ ਨੂੰ ਪੈਰ ਕਰ ਦਿੱਤੇ, ਸੁਭਾਵਕ ਇਕੱਠੇ ਹੋਏ, ਬਾਬਾ ਇੱਧਰ ਪੈਰ ਕੀਤੇ ਤੂੰ ਕਾਫਰ ਹੈ, ਇੱਧਰ ਖੁਦਾ ਦਾ ਘਰ ਹੈ। ਸਤਿਗੁਰੂ ਕਹਿਣ ਲੱਗੇ, ਜਿੱਧਰ ਖੁਦਾ ਨਹੀਂ ਹੈ ਉੱਧਰ ਪੈਰ ਕਰ ਦਿਓ। ਚਤੁਰ ਦਿਸ਼ਾ ਕਿਨੋ ਬਲ ਆਪਣਾ, ਜਿਸ ਮਾਲਕ ਦੀ ਤਾਕਤ ਚੌਵਾਂ ਦਿਸ਼ਾਵਾਂ ਚ ਹੈ, ਉਹ ਖੁਦਾ ਸਾਰੇ ਪਾਸੇ ਰਹਿੰਦੇ। ਦੱਖਣ ਦੇਸ਼ ਹਰੀ ਕਾ ਬਾਸਾ, ਪੱਛਮ ਅਲਹਿ ਮੁਕਾਮਾ, ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹੀ ਠੋਰ ਮੁਕਾਮਾ। ਰੱਬ ਤੇ ਪਰਮੇਸ਼ਰ ਹਿਰਦੇ ਚ ਵਾਸ ਕਰਦੇ, ਜਿੱਥੇ ਵੀ ਗਏ ਅਚਲ ਬਟਾਲੇ ਸ਼ਿਵਰਾਤਰੀ ਮੌਕੇ ਉੱਥੇ ਕੌਤਕ ਵਰਤਾਇਆ। ਕਲਯੁਗ ਪੰਡੇ ਦੇ ਦਰਬਾਰ ਚ ਗਏ, ਲੱਖਾਂ ਦਾ ਇਕੱਠ ਹੈ ਦੁਨੀਆਂ ਦਾ ਧਿਆਨ ਖਿੱਚਣ ਵਾਸਤੇ, ਉਹਦਾ ਲੋਟਾ ਉਹਦੇ ਪਿੱਛੇ ਰੱਖ ਦਿੱਤਾ ਤੇ ਕਹਿ ਦਿੱਤਾ, ਬਾਬਾ ਤੂੰ ਅੱਖਾਂ ਬੰਦ ਕਰਦੇ, ਤੈਨੂੰ ਤਿੰਨੇ ਲੋਕ ਨਜ਼ਰ ਆਉਂਦੇ ਨੇ, ਆਪਣਾ ਲੋਟਾ ਵੀ ਲੱਭ ਲੈ। ਗੱਲ ਕੀ, ਆ ਦੋ ਕੰਮ ਕੀਤੇ, ਲੱਖਾਂ ਦੇ ਇਕੱਠ ਵਿੱਚ ਗਏ ਤੇ ਉੱਥੇ ਇੱਕ ਕੌਤਕ ਵਰਤਾਇਆ, ਦੁਨੀਆਂ ਦਾ ਧਿਆਨ ਖਿੱਚਣ ਵਾਸਤੇ ਸੱਚ ਦੀ ਦਾਤ ਦਿੱਤੀ। ਜਿੱਧਰ ਵੀ ਗਏ ਸ਼ਬਦ ਨਾਲ ਜਿੱਤਦੇ ਚਲੇ ਗਏ, ਸ਼ਬਦ ਜਿੱਤੀ ਸਿੱਧ ਮੰਡਲੀ, ਕੀ ਤੁਸ ਆਪਣਾ ਪੰਥ ਨਿਰਾਲਾ, ਕਲਯੁਗ ਨਾਨਕ ਨਾਮ ਸੁਖਾਲਾ। ਦੋ ਤਾਕਤਾਂ ਨੇ ਗੁਰੂ ਨਾਨਕ ਸਾਹਿਬ ਕੋਲ, ਸਿੱਧ ਪੁੱਛਣ ਸੁਣ ਨਾਨਕਾ ਤੁਸੀਂ ਜਗ ਨੂੰ ਕਿਆ ਕਰਾਮਾਤ ਦਿਖਲਾਈ। ਸਤਿਗੁਰੂ ਕਹਿਣ ਲੱਗੇ, ਦੋ ਕਰਾਮਾਤਾਂ ਨੇ ਮੇਰੇ ਕੋਲ, ਗੁਰਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ, ਇੱਕ ਗੁਰਸੰਗਤ ਇੱਕ ਬਾਣੀ, ਇਹੀ ਗੁਰਬਾਣੀ ਬਾਅਦ ਵਿੱਚ ਗੁਰੂ ਗ੍ਰੰਥ ਬਣੀ, ਇਹੀ ਗੁਰਸੰਗਤ ਬਾਅਦ ਵਿੱਚ ਗੁਰੂ ਪੰਥ ਬਣ ਗਏ। ਇਹ ਦੋ ਚੀਜ਼ਾਂ, ਗੁਰੂ ਗ੍ਰੰਥ ਤੇ ਗੁਰੂ ਪੰਥ, ਗੁਰੂ ਨਾਨਕ ਦੀ ਰੀਤ ਤੁਰੀ। ਜਿਸ ਦਿਨ ਪਿਆਨਾ ਕਰਨੇ ਉਸ ਦਿਨ ਕਹਿ ਦਿੱਤਾ, ਸੰਗਤੋ ਸਾਧ ਸੰਗਤ, ਸਰੀਰ ਨਾਲ ਜੁੜੋਗੇ ਗੁਰੂ ਨਾਨਕ ਤੋਂ ਵਿਛੜ ਜਾਓਗੇ, ਸ਼ਬਦ ਨਾਲ ਜੁੜ ਜਾਇਓ ਗੁਰੂ ਨਾਨਕ ਨਾਲ ਜੁੜੇ ਰਹੋਗੇ, ਸਰੀਰ ਮਿਲੇ ਵਿਛੁੜ ਸੇ ਜਾਵੇਂ, ਸ਼ਬਦ ਮਿਲੇ ਨਾ ਵਿਛੜਨ ਪਾਵੇਂ, ਸਰਗੁਣ ਰੂਪ ਸਰੀਰ ਪਛਾਨੋ, ਸ਼ਬਦ ਰਿਦਾ ਮਮ ਨਿਰਗੁਣ ਮਾਨੋ। ਦੁਨੀਆਂ ਤੇ ਅਨੇਕਾਂ ਪੀਰ ਪੈਗੰਬਰ ਅਵਤਾਰ ਔਲੀਏ ਧਰਤੀ ਤੇ ਆਏ, ਸੱਚ ਦਾ ਪ੍ਰਚਾਰ ਕਰ ਦੁਨੀਆਂ ਤੋਂ ਚਲੇ ਗਏ, ਇੱਕ ਗੁਰੂ ਨਾਨਕ ਸਾਹਿਬ ਐਸੇ ਨੇ ਜਿਹੜੇ ਸੰਸਾਰ ਤੇ ਆਏ, ਸੱਚ ਦਾ ਪ੍ਰਚਾਰ ਕੀਤਾ, ਆ ਕੇ ਗਏ ਨਹੀਂ, ਗੁਰਬਾਣੀ ਰੂਪ ਹੋ ਕੇ ਇਸ ਧਰਤੀ ਤੇ ਟਿਕ ਗਏ। ਗੁਰੂ ਗ੍ਰੰਥ ਸਾਹਿਬ ਗੁਰਬਾਣੀ ਰੂਪ ਹੋ ਕੇ ਸੰਸਾਰ ਤੇ ਟਿਕ ਗਏ। ਅੱਜ ਅਸੀਂ ਗੁਰੂ ਨਾਨਕ ਸਾਹਿਬ ਦਾ ਜੀਵਨ ਸੁਣਦੇ ਹਾਂ, ਸਾਖੀਆਂ ਸੁਣਦੇ ਹਾਂ, ਭੇਟਾ ਵੀ ਰੱਖਦੇ ਹਾਂ, ਮਾਇਆ ਫੁੱਲ ਸਾਰਾ ਕੁਝ ਭੇਟ ਕਰਦੇ ਹਾਂ। ਹਮ ਜਬ ਵੀ ਤੇਰੇ ਦਰ ਪੇ ਗਏ, ਹਾਥੋਂ ਮੇ ਲੇਕਰ ਫੂਲ ਗਏ, ਵੋ ਰੁਕਨਾ ਗਿਰਤੇ ਪਰਬਤ ਕਾ, ਵੋ ਫਿਰਨਾ ਹਰਸੂ ਮੱਕੇ ਕਾ, ਹਰ ਚੀਜ਼ ਤੁਮਾਰੀ ਯਾਦ ਰਹੀ, ਪੈਗਾਮ ਤੁਮਾਰਾ ਭੁੱਲ ਗਏ। ਸਾਨੂੰ ਸਾਰਾ ਕੁਝ ਯਾਦ ਹੈ ਗੁਰੂ ਨਾਨਕ ਦੇ ਜੀਵਨ ਦਾ, ਸਿਧਾਂਤਾਂ ਤੋਂ ਅਸੀਂ ਦੂਰ ਹੋ ਜਾਂਦੇ ਹਾਂ। ਗੁਰੂ ਨਾਨਕ ਨੇ ਸਿੱਖਿਆ ਕੀ ਦਿੱਤੀ ਸੀ ਉਹ ਭੁੱਲ ਗਏ, ਹਰ ਚੀਜ਼ ਤੁਮਾਰੀ ਯਾਦ ਰਹੀ, ਪੈਗਾਮ ਤੁਮਾਰਾ ਭੁੱਲ ਗਏ। ਸਿੱਖੋ, ਇਹ ਨਾ ਸੋਚੋ ਗੁਰੂ ਨਾਨਕ ਸਾਹਿਬ 1469 ਨੂੰ ਆਏ ਸੀ, ਏਦਾਂ ਕਹੋ ਆਏ ਹਨ, ਕਿਉਂਕਿ ਵਾਹਦ ਗੁਰੂ ਨਾਨਕ ਸਾਹਿਬ ਐਸੇ ਨੇ ਜਿਹੜੇ ਜਗਤ ਤੇ ਆਏ, ਆ ਕੇ ਗੁਰੂ ਅੰਗਦ ਦੇ ਪਾਤਸ਼ਾਹ ਬਣ ਗਏ, ਗੁਰੂ ਅਮਰਦਾਸ ਸਾਹਿਬ ਹੋ ਗਏ, ਚਲਦਿਆਂ ਚਲਦਿਆਂ ਗੁਰੂ ਗੋਬਿੰਦ ਸਿੰਘ ਹੋ ਗਏ, ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਰੂਪ ਹੋ ਕੇ ਜੁਗੋ ਜੁਗ ਅਟਲ ਧਰਤੀ ਤੇ ਟਿਕ ਗਏ। ਜਿੰਨਾ ਚਿਰ ਧਰਤੀ ਚੰਦਰਮਾ ਅਸਮਾਨ ਤਾਰੇ ਨੇ, ਗੁਰੂ ਨਾਨਕ ਨੇ ਇਸ ਧਰਤੀ ਤੇ ਰਹਿਣਾ, ਕਦੀ ਨਹੀਂ ਜਾਣਾ। ਲੋੜ ਹੈ ਸਿਰ ਸ਼ਬਦ ਵਿੱਚੋਂ ਉਸ ਪ੍ਰਤੱਖ ਗੁਰੂ ਨੂੰ ਕਰਨ ਦੀ, ਗੁਰੂ ਦੇ ਦਰਸ਼ਨ ਕਰਨ ਦੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਭੁੱਲਾਂ ਖੀਮਾ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸਨ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਲੁਧਿਆਣੇ ਵਾਲੇ, ਜਿਨ੍ਹਾਂ ਨੇ ਬੜੇ ਹੀ ਵਿਸਤਾਰ ਸਹਿਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੀਵਨ ਤੇ ਚਾਨਣਾ ਪਾਇਆ ਹੈ। ਸੋ ਅਸੀਂ ਭਾਈ ਸਾਹਿਬ ਜੀ ਦਾ ਪ੍ਰਬੰਧ ਵੱਲੋਂ, ਸਿੱਖ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਦਸੰਬਰ ਵਿੱਚ ਫਿਰ ਇਹਨਾਂ ਨੇ ਦੋ ਬੇਕਾ ਹਨ ਇਸ ਗੁਰੂ ਘਰ ਵਿਖੇ, ਕਿਉਂਕਿ ਬਹੁਤ ਸਾਰੀਆਂ ਸੰਗਤਾਂ ਨੇ ਵੱਲੋਂ ਰਿਸਪੋਂਸ ਕੀਤਾ ਹੈ ਇਹਨਾਂ ਦੇ ਬਾਰੇ। ਸੋ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।